ਵੱਧ ਨਮੀ ਵਾਲਾ ਝੋਨਾ ਭਰਨ ਕਾਰਨ ਦੋ ਆੜ੍ਹਤੀਆਂ ਦੇ ਲਾਇਸੈਂਸ ਰੱਦ ਕਰਨ ਦੇ ਰੋਸ ਵਜੋਂ ਆੜ੍ਹਤੀਆਂ ਨੇ ਭਿੱਖੀਵਿੰਡ ਅਨਾਜ ਮੰਡੀ 3 ਦਿਨ ਲਈ ਕੀਤੀ ਬੰਦ। ਝੋਨੇ ਦੀ ਖਰੀਦ ਸਮੇਂ ਨਵੀਂ 17 ਤੋਂ 21 ਕਰਨ ਦੀ ਮੰਗ ਰੱਖੀ। ਪੰਜਾਬ ਐਗਰੋ ਖਰੀਦ ਏਜੰਸੀ ਦੇ ਇੰਸਪੈਕਟਰ ਵੱਲੋਂ ਦੋ ਫਰਮਾਂ ਖਿਲਾਫ਼ ਵਧੇਰੇ ਨਮੀ ਵਾਲਾ ਝੋਨਾ ਭਰਨ ਦੇ ਖਿਲਾਫ ਲਾਇਸੈਂਸ ਸਸਪੈਂਡ ਕਰਨ ਦੀ ਕੀਤੀ ਲਿਖਤ ਸ਼ਿਕਾਇਤ ਤੋਂ ਬਾਅਦ ਮਾਰਕੀਟ ਕਮੇਟੀ ਭਿੱਖੀਵਿੰਡ ਨੇ ਕੀਤੇ ਸੀ ਕਾਰਨ ਦੱਸੋ ਨੋਟਿਸ ਜਾਰੀ। ਭਾਵੇਂ ਕਿ ਅਨੇਕਾਂ ਮੁਸ਼ਕਲਾਂ ਤੋਂ ਬਾਅਦ ਤਿਆਰ ਕੀਤਾ ਝੋਨਾ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਲਿਆਂਦਾ ਜਾ ਰਿਹਾ ਹੈ ਅਤੇ ਸਰਕਾਰੀ ਖਰੀਦ ਵੀ ਸ਼ੁਰੂ ਹੋ ਗਈ ਹੈ, ਪਰ ਪੰਜਾਬ ਐਗਰੋ ਦੇ ਇੰਸਪੈਕਟਰ ਵੱਲੋਂ ਚਰਨ ਸਿੰਘ ਬਲਦੇਵ ਰਾਜ ਅਤੇ ਪਿਸ਼ੌਰੀ ਲਾਲ ਐਂਡ ਸੰਜ ਫਰਮਾ ਖਿਲਾਫ਼ ਵੱਧ ਨਮੀ ਵਾਲਾ ਝੋਨਾ ਭਰਨ ਅਤੇ ਮਾਰਕੀਟ ਕਮੇਟੀ ਭਿੱਖੀਵਿੰਡ ਨੂੰ ਕੀਤੀ ਲਿਖਤ ਸ਼ਿਕਾਇਤ ਦੇ ਆਧਾਰ 'ਤੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਨੇ, ਜਿਸ ਦੇ ਰੋਜ਼ ਵਜੋਂ ਆੜ੍ਹਤ ਯੂਨੀਅਨ ਪ੍ਰਧਾਨ ਸਕੱਤਰ ਸਿੰਘ ਡਲੇਰੀ, ਰਾਜਵੰਤ ਸਿੰਘ ਪਹੂਵਿੰਡ, ਵਰਿੰਦਰ ਵੀਰ ਸਿੰਘ ਕਾਜੀਚੱਕ, ਵੱਡੀ ਗਿਣਤੀ ਆੜ੍ਹਤੀਆਂ ਨੇ ਇਕੱਤਰ ਹੋ ਕੇ 3 ਦਿਨ ਲਈ ਅਨਾਜ ਮੰਡੀ ਬੰਦ ਰੱਖਣ ਅਤੇ ਨਮੀ ਦੀ ਮਾਤਰਾ ਵਧੇਰੇ ਕਰਨ ਦੀ ਮੰਗ ਰੱਖੀ ਹੈ। ਲਾਓ ਇਹ ਚੋਣ ਲਾਓ ਅਤੇ ਖਰੀਦ ਵੀ ਲੇਟ ਕੀਤੀ ਜਾਂਦੀ ਆ ਅਤੇ ਜ਼ਿਮੀਂਦਾਰ ਕਿਹੜੇ ਪਾਸੇ ਜਾਊਗਾ। ਕਿਸਾਨਾਂ ਦਾ ਦੋਸ਼ ਸੀ ਕਿ ਸਰਕਾਰ ਨੇ ਪਹਿਲਾਂ ਤਾਂ ਉਹਨਾਂ ਦਾ ਝੋਨਾ 20 ਦਿਨ ਬਿਜਾਈ ਲੇਟ ਕਰ ਦਿੱਤੀ ਅਤੇ ਹੁਣ ਖਰੀਦ ਕਰਨ ਵੇਲੇ ਟਾਲ ਮਟੋਲ ਕੀਤੀ ਜਾ ਰਹੀ ਹੈ। ਮਾਰਕੀਟ ਕਮੇਟੀ ਭਿੱਖੀਵਿੰਡ ਦੇ ਸਕੱਤਰ ਅਮਨਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਪੰਜਾਬ ਐਗਰੋ ਦੇ ਵੱਲੋਂ ਕੰਪਲੇਂਟ ਕੀਤੀ ਗਈ ਸੀ, ਦੋ ਫਰਮਾਂ ਦੇ ਵੱਲੋਂ ਗਿੱਲਾ ਝੋਨਾ ਭਰਿਆ ਗਿਆ ਸੀਗਾ ਬਿਨਾਂ ਸਫਾਈ ਤੋਂ ਜੀ, ਤੇ ਉਹਨਾਂ ਦੋ ਫਰਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਆ ਜੀ, ਤੇ ਫਰਮਾਂ ਵੱਲੋਂ ਉਹਨਾਂ ਦੇ ਜਵਾਬ ਆਉਣ ਤੇ ਜਿਹੜਾ ਇਹ ਪ੍ਰਬੰਧਕ ਸਾਹਿਬ ਦੇ ਸਨਮੁਖ ਕੇਸ ਪੇਸ਼ ਕੀਤਾ ਜਾਊਗਾ ਜੀ, ਤੇ ਲਾਇਸੈਂਸ ਸਸਪੈਂਡ ਕਰਨ ਸੰਬੰਧੀ ਉਹਨਾਂ ਵੱਲੋਂ ਫੈਸਲਾ ਲਿਆ ਜਾਣਾ ਜੀ। ਬਾਕੀ ਹੋਰ ਵੀ ਫਰਮਾਂ ਨੂੰ ਜਿਹੜੇ ਆ ਹਦਾਇਤ ਕਰ ਦਿੱਤੀ ਗਈ ਆ ਕਿ ਕੋਈ ਵੀ ਇਹੋ ਜਿਹਾ ਹਦਾਇਤਾਂ ਦੀ ਰੂਲਾਂ ਦੀ ਉਲੰਘਣਾ ਨਾ ਕਰੇ। ਇਸ ਸੰਬੰਧ ਚ ਰੱਖੀ ਗਈ ਜੀ ਵੀ ਝੋਨੇ ਦੇ ਵਿੱਚ ਨਮੀ ਬਹੁਤ ਜ਼ਿਆਦਾ ਆ ਰਹੀ ਆ ਅਤੇ ਝੋਨਾ 24-25 ਤੋਂ ਘੱਟ ਮੌਕਚਰ ਨਹੀਂ ਆ ਰਿਹਾ ਅਤੇ ਜੱਟ ਵੱਢ ਕੇ ਅਤੇ ਮੰਡੀ ਦੇ ਵਿੱਚ ਲੈ ਆਉਂਦੇ ਆ, ਆੜ੍ਹਤੀਆਂ ਮਜ਼ਬੂਰ ਆ, ਜੇ ਅਸੀਂ ਭਰਦੇ ਹਾਂ ਤਾਂ ਸਾਡੇ 'ਤੇ ਪ੍ਰਸ਼ਾਸਨ ਕਾਰਵਾਈ ਕਰਦਾ, ਜੇ ਅਸੀਂ ਨਹੀਂ ਭਰਦੇ ਤਾਂ ਫਿਰ ਜ਼ਿਮੀਂਦਾਰ ਕਾਰਵਾਈ ਕਰਦਾ। ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਆੜ੍ਹਤੀਆਂ ਨੇ ਕਿਹੜੇ ਬੰਨੇ ਜਾਣਾ, ਸਾਨੂੰ ਕੋਈ ਹੱਲ ਨਹੀਂ ਦਿੰਦਾ। ਸਰਕਾਰ ਅੱਗੇ ਸਾਡੀ ਇਹ ਬੇਨਤੀ ਵੀ ਜਾਂ ਤਾਂ ਨਵੀਂ 20% ਕੀਤੀ ਜਾਵੇ ਅਤੇ ਜਾਂ ਜਿਹੜੀਆਂ ਕਮਾਈਨਾਂ ਲੱਗੀਆਂ ਜ਼ਿਮੀਂਦਾਰਾਂ ਦੀਆਂ ਇਹਨਾਂ ਨੂੰ 5-7 ਦਿਨ ਰੋਕਿਆ ਜਾਵੇ। ਇਹਦਾ ਕਾਰਨ ਇਹ ਹੈ ਵੀ ਜਿਹੜਾ ਝੋਨਾ 20 ਤਰੀਕ ਨੂੰ ਸ਼ੁਰੂ ਹੋਇਆ, ਲੇਬਰ ਨਾ ਆਉਣ ਕਰਕੇ ਇਹ ਝੋਨਾ 1-7 ਨੂੰ ਜਾ ਕੇ ਲੱਗਣਾ ਸ਼ੁਰੂ ਹੋ ਗਿਆ ਅਤੇ ਅੱਜ ਇਹਦੀ ਖਰੀਦ ਵੀ ਘੱਟੋ ਘੱਟ 20-7 ਨੂੰ 20-10 ਨੂੰ ਚਾਹੀਦੀ ਸੀ ਅਤੇ ਖਰੀਦ ਐਡਵਾਂਸ ਆ ਗਈ ਆ ਅਤੇ ਸਾਨੂੰ ਤਾਂ ਸਰਕਾਰ ਵੀ ਪ੍ਰੈਸ ਕਰ ਰਹੀ ਅਤੇ ਜ਼ਿਮੀਂਦਾਰ ਵੀ ਪ੍ਰੈਸ ਕਰ ਰਿਹਾ, ਸਾਡੇ ਕੋਲ ਸਾਨੂੰ ਕੋਈ ਹੱਲ ਨਹੀਂ ਦਿੰਦਾ। ਅਸੀਂ ਤਾਂ ਇਸ ਵਾਸਤੇ ਕੀਤੀ ਬੰਦ ਮੰਡੀ ਵੀ ਜੇ ਅਸੀਂ ਬੋਰੀਆਂ 'ਚ ਭਰਦੇ ਹਾਂ ਤਾਂ ਸਾਡੇ ਲਾਇਸੈਂਸ ਕੈਂਸਲ ਕਰਨ ਲਿਆ, ਉਹਨਾਂ ਚਿਰ ਵੀ 2-4 ਦਿਨ ਰੁਕ ਜੇ ਅਤੇ ਜਿਹੜਾ ਝੋਨਾ ਸੁੱਕਾ ਆਵੇ ਅਤੇ ਕੋਈ ਸਾਡੀ ਵੀ ਜਾਨ ਬਚ ਸਕੇ ਅਤੇ ਗਾਂਹ ਬੰਦ ਹੈ ਜੀ, ਅਸੀਂ ਭਰ ਕੇ ਤਾਂ ਅਸੀਂ ਥੋੜ੍ਹੇ ਕੈਂਸਲ ਕਰਵਾਉਣੇ ਆ, 15 ਦਿਨ ਲਈ ਉਹਦੇ ਲਾਇਸੈਂਸ ਕਰਨੇ, 15-20 ਦਿਨ ਦਾ ਸੀਜ਼ਨ ਆ ਅਤੇ ਅਸੀਂ ਕਿਹੜੇ ਬੰਨੇ ਜਾਵਾਂਗੇ, ਸਾਡੇ ਕੋਲ ਤਾਂ ਕੋਈ ਹੱਲ ਸਾਨੂੰ ਤਾਂ ਸਮਝ ਨਹੀਂ ਆਉਂਦੀ। ਅਸੀਂ ਤਾਂ ਦੁਕਾਨਾਂ ਛੱਡ ਕੇ ਜਾਣ ਨੂੰ ਤਿਆਰ ਹੋਏ, ਐਤਵਾਰ ਤੱਕ ਬੰਦ ਕੀਤੀ 3 ਦਿਨ ਬਾਅਦ ਮੰਡੀ ਭਿੱਖੀਵਿੰਡ ਜਿਹੜੀ ਹੈ ਬੰਦ ਕੀਤੀ ਗਈ ਹੈ। ਆੜ੍ਹਤੀਆਂ ਦੀ ਮਜਬੂਰੀ ਆ ਕਿਉਂਕਿ ਮੌਸਚਰ ਜਿਹੜਾ ਆ ਉਹ 24-25-26 ਆ ਰਿਹਾ, ਜ਼ਿਮੀਂਦਾਰ ਜਿਹੜਾ ਆ ਉਹ ਹਰਿਆ ਝੋਨਾ ਜਿਹੜਾ ਵਢਾ ਵਢਾ ਕੇ ਲਈ ਆਉਂਦਾ, ਇਸ ਕਰਕੇ ਮੰਡੀ 3 ਦਿਨ ਲਈ ਇਹ ਬੰਦ ਕੀਤੀ ਆ। ਹੁਣ ਸਾਡੇ ਮੰਡੀ ਦੇ ਵਿੱਚ ਕੱਲ੍ਹ ਇੰਸਪੈਕਟਰਾਂ ਨੇ ਜਿਹੜੇ ਬੋਰੀਆਂ ਝੋਨਾ ਪਾਇਆ, ਜ਼ਿਮੀਂਦਾਰਾਂ ਦਾ ਵਾਰਾ ਪਾਓ, ਉਹ ਵੀ ਜਿਹੜਾ ਕਿਸੇ ਦਾ 19% ਨਿਕਲਿਆ, ਕਿਸੇ ਦਾ 20% ਨਿਕਲਿਆ, ਉਹਨਾਂ ਦੋ ਭਰਾਵਾਂ ਸਾਡੇ ਆੜ੍ਹਤੀਆਂ ਦੇ ਲਾਇਸੈਂਸ ਜਿਹੜੇ ਉਹ ਸਸਪੈਂਡ ਕਰ ਦਿੱਤੇ ਗਏ ਆ। ਇਸ ਕਰਕੇ ਪ੍ਰਸ਼ਾਸਨ ਕੋਲ ਸਾਡੀ ਹੋਰ ਜ਼ੋਰ ਮੰਗ ਆ ਵੀ ਜਿਹੜੀ ਨਵੀਂ ਆ ਉਹਨੂੰ 20% 'ਤੇ ਲਿਆਂਦਾ ਜਾਵੇ ਤਾਂ ਜੋ ਆੜ੍ਹਤੀਆਂ ਕਿਸਾਨ ਸਾਰੇ ਮਜ਼ਦੂਰ ਬਚ ਜਾਣ।
ਕਿਉਂਕਿ ਮਜ਼ਦੂਰ ਵਿਚਾਰੇ ਜਿਹੜੇ ਆ ਇਹ ਸਾਡੇ ਨਾਲੋਂ ਵੀ ਦੁਖੀ ਆ। ਜੇ ਕੋਈ ਢੇਰੀ ਲੈ ਆਉਂਦਾ ਜਿੰਨੀ ਕੁ ਥਾਂ ਆ ਸਾਰੀ ਦਿਹਾੜੀ ਸਵੇਰ ਤੋਂ ਲੈ ਕੇ ਲੱਤਾਂ ਮਾਰਦੇ ਰਹਿੰਦੇ ਆ, ਲੈਣੀ ਦੇ ਨਾ ਮਜ਼ਦੂਰੀ ਇਹਨਾਂ ਨੂੰ ਮਿਲਦਾ, ਉਹਦਾ ਤਾਂ ਕੁਝ ਵੀ ਨਹੀਂ ਮਿਲਦਾ, ਉਹ ਤਾਂ ਫ੍ਰੀ ਵਿਚਾਰੇ ਕਰਦੇ ਆ। ਇਹ ਕਰਕੇ ਤੰਗ ਹੈ, ਜੇ ਕਿਸੇ ਪ੍ਰਸ਼ਾਸਨ ਨੇ ਕੋਈ ਹੱਲ ਇਹਦਾ ਨਾ ਸੋਚਿਆ, ਮਜ਼ਬੂਰਨ ਭਿੱਖੀਵਿੰਡ ਦਾਣਾ ਮੰਡੀ ਦੇ ਮਜ਼ਦੂਰ ਆੜ੍ਹਤੀਏ ਜਿਹੜੇ ਉਹ ਸਾਰੇ ਸੜਕਾਂ 'ਤੇ ਆਉਣਗੇ। ਓਕੇ, ਅਰਥ ਯੂਨੀਅਨ ਭਿੱਖੀਵਿੰਡ ਪ੍ਰਧਾਨ ਸਕੱਤਰ ਸਿੰਘ ਡਲੇਰੀ, ਸਰਪੰਚ ਰਾਜਵੰਤ ਸਿੰਘ ਪਹੂਵਿੰਡ, ਸਰਬਜੀਤ ਸਿੰਘ ਡਲੇਰੀ, ਵਰਿੰਦਰਬੀਰ ਸਿੰਘ ਕਾਜੀ ਚੱਕ ਆਦਿ ਵੱਡੀ ਗਿਣਤੀ ਆੜ੍ਹਤੀ ਹਾਜ਼ਰ ਸਨ। ਅਨਾਜ ਮੰਡੀ ਭਿੱਖੀਵਿੰਡ ਤੋਂ ਕੈਮਰਾਮੈਨ ਰਵਿੰਦਰ ਸਿੰਘ ਭਾਟੀਆ ਦੇ ਨਾਲ ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਲਈ ਪਿਛੌਰਾ ਸਿੰਘ ਪੰਨੂ ਦੀ ਇਹ ਰਿਪੋਰਟ।